ਕੀ ਮੁੰਡੇ ਦੀ ਅੱਛਾ ਸੜਾ अच्छा भाई।
ਚਿੱਟੇ ਕੱਪੜੇ ਤੇ ਜਿੱਥੇ ਦਾਗ ਪੈ ਜਾਏ ਉੱਥੇ ਉੜ ਕੇ ਮੱਖੀਆਂ ਬਹਿੰਦੀਆਂ ਨੇ। ਭਲਿਆਂ ਪੁਰਸ਼ਾਂ ਦਾ ਗਾਉਂਦੀ ਆ ਜਸ ਦੁਨੀਆਂ, ਫਿੜਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਸੱਚੇ ਬੰਦੇ ਦਾ ਹੁੰਦਾ ਹੈ ਰੱਬ ਬੇਲੀ, ਸੱਚੇ ਬੰਦੇ ਦਾ ਹੁੰਦਾ ਹੈ ਰੱਬ ਬੇਲੀ, ਕਲਾ ਝੂਠੇ ਦੀਆਂ ਢਹਿੰਦੀਆਂ ਰਹਿੰਦੀਆਂ ਨੇ। ਕੀਤੇ ਕਰਮ ਭੁਗਤਾਵਦਾ ਬੰਦਿਆਂ ਨੂੰ, ਕਿਤੇ ਸੁੱਕੜੇ ਤੇ ਕਿਤੇ ਹਰੇ ਰਹਿੰਦੇ। ਬੀਜ ਬਦੀਰੇ ਜਿਨ੍ਹਾਂ ਨੇ ਬੀਜੇ ਹੋਏ ਨੇ, ਨਾਗ ਦੁੱਖਾਂ ਦੇ ਉਹਨਾਂ ਨੂੰ ਲੜੇ ਰਹਿੰਦੇ। ਕਿਤੇ ਮਿਹਰ ਦੇ ਬਰਸਾਉਂਦਾ ਹੈ, ਕਿਤੇ ਕਹਿਰ ਦੇ ਗੜਕ ਦੇ ਗੜੇ ਰਹਿੰਦੇ। ਸੱਚ ਧਰਮ ਕਮਾਇਆ ਜਿਨ੍ਹਾਂ ਦੁਨੀਆਂ ਉੱਤੇ, ਲੋਕੀ ਪੂਜਦੇ ਉਹਨਾਂ ਦੇ ਖੜੇ ਰਹਿੰਦੇ। ਵਾਹ ਵਾਹ। ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਤੇ ਦੇਸ਼ ਭਗਤਾਂ ਦਾ ਪ੍ਰਦੇਸ਼ ਹੈ। ਇੱਥੇ ਵੱਖ ਵੱਖ ਤਿਉਹਾਰ ਬੜੀ ਸ਼ਰਧਾ ਦੇ ਨਾਲ ਮਨਾਏ ਜਾਂਦੇ ਨੇ। ਅੱਜ ਅਸੀਂ ਇਕੱਤਰ ਹੋਏ ਹਾਂ ਪਿੰਡ ਸੰਤ ਢੇਸੀਆਂ ਵਿੱਚ ਲੋਹੜੀ ਦਾ ਪਾਵਨ ਤਿਉਹਾਰ ਮਨਾਉਣ ਲਈ। ਪਿੰਡ ਵਾਸੀਆਂ ਵੱਲੋਂ ਸ਼ਰਧਾ ਪੂਰਵਕ ਧੂਣਾ ਲਾਇਆ ਗਿਆ। ਪਿੰਡ ਦੇ ਪਤਵੰਤੇ ਸੱਜਣ ਤੇ ਮਾਈ ਭਾਈ ਅੱਜ ਇਸ ਪਾਵਨ ਤਿਉਹਾਰ ਨੂੰ ਰਲ ਕੇ ਮਨਾ ਰਹੇ ਆ। ਇਸ ਤੋਂ ਝਲਕਦਾ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਪ੍ਰਾਥਮਿਕ ਵਿਰਸਾ, ਜਿਹਨਾਂ ਦੇ ਆਸਰੇ ਕੌਮਾਂ ਜਿਉਂਦੀਆਂ ਨੇ। ਇਨਸ਼ਾਅੱਲਾ ਪੰਜਾਬ ਇਹ ਵਸਦਾ ਰਹੇ ਤੇ ਆਪਸੀ ਭਾਈਚਾਰੇ ਦੇ ਨਾਲ ਮੇਰੇ ਪੰਜਾਬ ਵਾਸੀ ਰਲ ਕੇ ਇਹੋ ਜਿਹੇ ਤਿਉਹਾਰ ਮਨਾਉਂਦੇ ਰਹਿਣ। ਸਾਡੀ ਸੱਚੇ ਪਾਤਸ਼ਾਹ ਬਾਬਾ ਸੰਗ ਜੀ ਤੋਂ, ਵਾਹਿਗੁਰੂ ਸਾਹਿਬਾਨਾਂ ਤੋਂ ਇਹੀ ਆਸ ਹੈ ਕਿ ਪੰਜਾਬ ਵਿੱਚ ਵੱਸਦਾ ਰਹੇ ਅਤੇ ਪੰਜਾਬੀ ਰਲ ਮਿਲ ਪਿਆਰ ਦੀਆਂ ਗਰਬੱਕੜੀਆਂ ਪਾ ਕੇ ਇਹੋ ਜਿਹੇ ਤਿਉਹਾਰ ਹਰ ਸਾਲ ਮਨਾਉਂਦੇ ਰਹਿਣ। ਇਨਸ਼ਾਅੱਲਾ ਪੰਜਾਬ ਖੁਸ਼ ਵੱਸਦਾ ਰਹੇ। ਵਾਹ ਵਾਹ, ਤਾੜੀਆਂ ਤਾਂ ਮਾਰਦੇ ਹੋ ਯਾਰ ਸਾਰੇ ਜਿਹੜੇ। ਅੱਲਾ ਵੀ ਨਿਆਣੇ ਹੁੰਦੇ ਹੋ ਬਾਜੀ ਬਾਤ ਤਾੜੀਆਂ ਮਾਰ ਦਿਓ। ਰਾਸ ਕਰ ਰਹੇ ਹੋ ਜੀ।
श्री गुरु ननकाना साहब तरन तारण गुरु का बाग पंजा साहब गुरद्वारा ग्रंथ साहब जी संत सिंह और सिंह ने की कमाई की चुगले नदिया पकारन जो सटाना चेतावे चेतावन का थका सुन सुख फल सब दे जी वाहे आस जी के बोल बाले बोले जी वाहे वाहेगुरु का लोहड़ी रे प्रसाद लोहड़ी बंडन लगे महाराज सारिया खुशी का दान बख्शना सारे महाराज एडा का ध्यान हरेक को देने महाराज सच्चे पातशाह जी लड्डुआ का प्रसाद मिठे का प्रसाद होर सारी होगी सारी मनगिरी का त्याग वाहेगुरु 1998 का प्रसाद महाराज चांडी कराना फट में सारे महाराज खुशियां